ਸਾਡੇ ਵੱਲੋਂ ਆ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅਤੇ ਅੱਜ ਜਾ ਰਹੇ ਹਾਂ ਸ਼੍ਰੀ ਅਨੰਦਪੁਰ ਸਾਹਿਬ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲੀ ਗੱਲ ਕਰਨੀ ਹੈ ਵੀਰ, ਵੀ ਅੱਜ ਕੱਲ੍ਹ ਯਾਰ ਨਾ ਵੀਡੀਓ 'ਚ ਗਾਲਾਂ ਗੂਣਾ ਕੱਢਦੇ ਆ, ਠੀਕ ਆ, ਗੰਦੀ ਸ਼ਬਦਾਵਲੀ ਵਰਤਦੇ ਆ, ਸਾਡੀ ਵੀਡੀਓ ਜਮ੍ਹਾਂ ਪਰਿਵਾਰਕ ਹੋਊਗੀ, ਵੀ ਤੁਸੀਂ ਆਪਣੇ ਪਰਿਵਾਰ ਨਾਲ ਦੇਖ ਸਕਦੇ। ਦੂਜੀ ਗੱਲ ਨਹੀਂ ਆਪਣੇ ਵਾਲਾ ਨਹੀਂ, ਦੂਜੀ ਗੱਲ ਵੀ ਕੱਲ੍ਹ ਆਹ ਵੀਰ ਨੇ ਸਟੇਟਸ ਪਾਇਆ ਸੀ ਮੇਰਾ, ਅਤੇ ਫੋਟੋ ਲਾ ਕੇ ਕਹਿੰਦਾ ਵੀ ਸੇਫ ਜਰਨੀ, ਅਤੇ ਨਾਲ ਲਾ ਅਤੇ ਲਾਲ ਲਾਲ ਝੰਡੇ ਕਨੇਡਾ ਵਾਲੇ, ਅਤੇ ਲੋਕਾਂ ਨੂੰ ਭੁਲੇਖਾ ਪੈ ਰਿਹਾ ਵੀ ਇਹ ਕਿਤੇ ਚੱਲਿਆ, ਵੀ ਚੱਲੇ ਚੁੱਲੇ ਕਿਤੇ ਨਹੀਂ, ਅਸੀਂ ਚੱਲਿਆ ਅਨੰਦਪੁਰ ਸਾਹਿਬ। ਠੀਕ ਹੈ ਜੀ, ਇਹ ਵੀਡੀਓ ਜੀ ਤੁਹਾਡੇ ਇੰਟਰਟੇਨਮੈਂਟ ਲਈ, ਅਤੇ ਆਓ ਕਰਦੇ ਹਾਂ ਜੀ ਵੀਡੀਓ ਸ਼ੁਰੂ। ਲਓ ਜੀ ਆ ਗਿਆ ਆਪਣਾ ਜਹਾਜ਼, ਜਾਣੀ ਕਿ ਆਪਣੀ ਸਵਾਰੀ। ਤੁਹਾਨੂੰ ਨਾ ਮੀਤੇ ਦੀ ਇੰਗਲਿਸ਼ ਹਿੰਦੀ ਸੁਣਾਉਣੀ, ਦੂਸਰੇ ਦਿਨ ਜਾ ਕੇ ਫੋਨ ਲੈ ਕੇ ਆਇਆ ਮੈਂ। ਹਾਂ ਉਹ ਯਾਰ ਟਾਈਮ ਵੀ ਨਹੀਂ ਲੱਗਦਾ, ਉਹ ਕਦੀ ਕੁਛ ਵਧਾ ਦੇਤੇ ਆ, ਕਦੀ ਕੁਛ ਵਧਾ ਦੇਤੇ ਆ। ਇੱਕ ਵਾਰੀ ਹੋਰ, ਅਭੀ ਤੋਂ ਪ੍ਰੋਸੈਸ ਮੈਂ, ਔਰ ਬਾਕੀ CAQ ਆਉਣੇ ਵਾਲਾ, ਜਬ CAQ ਆਏਗਾ ਨਾ ਤਬ ਵੋ ਬਤਾਏਂਗੇ, ਅਭੀ CAQ ਤੱਕ ਕਾ ਤੋ ਯਾਰ ਪੈਸਾ ਵੀ ਨਹੀਂ ਡਾਲਾ ਅਭੀ। ਹਾਏ ਸਾਡੇ ਮਿੱਤੇ ਦੀ ਹਿੰਦੀ ਉਹ ਲੱਗਾ ਹੀ ਹਿੰਦੀ 'ਚ ਗੱਲ ਕਰਨ, ਮੈਂ ਕਿਹਾ ਤੁਹਾਨੂੰ ਹਿੰਦੀ ਸੁਣਾਉਂਦੇ ਮਿੱਤੇ ਦੀ। ਆ ਗਿਆ ਜੀ ਫਿਰ ਸਾਡਾ ਮੀਰ। ਨਹੀਂ ਅਭੀ ਤੋ ਹਮ ਅਨੰਦਪੁਰ ਜਾ ਰਹੇ ਨਹੀਂ, ਦਾਰੂ ਤੋ ਅਭੀ ਦਾਰੂ ਦੇ ਹਮ ਡਰਮ ਹੈ, ਦਾਰੂ ਕੀ ਤੋ ਹਮਾਰੇ ਪਾਸ ਤੋ ਯਹਾਂ ਪੇ ਤੰਗੀ ਰਹਿਤੀ ਹੈ, ਦਾਰੂ ਕੀ ਆਪਕੇ ਖਤਮ ਨਹੀਂ ਹੋ ਰਹੀ। ਅੱਛਾ ਚਲੋ, ਅੱਜ ਤਾਂ ਗੱਲ ਦੀਆਂ ਜਵਾਨੀਆਂ ਪੌੜੀ ਲੈ ਕੇ ਚੜ੍ਹਨ ਲਿਆ ਬਦਿੰਦਰ, ਆਪਣਾ ਜਗਾੜ ਹੈਗਾ। ਗਾੜੀ ਗਾੜੀ ਕੀ ਗਾੜੀ ਹੈ, ਗਾੜੀ ਇੱਕ ਪਛਾਣੀ
ਅੱਗੇ ਨਹੀਂ ਇਹ ਖੜੀ ਜਾਂਦੇ ਆ ਹੁਣ ਕੀ ਕਹਿੰਦਾ ਸੀ ਅਸੀਂ ਅੱਗੇ ਜਾਂਦੇ ਆ ਤੁਸੀਂ ਅੱਗੇ ਕਹਿੰਦੇ ਆ ਭਾਈ ਜਾਂਦਾ ਥੋੜਾ ਜਿਹਾ ਇੱਧਰ ਨੂੰ ਆ ਗਏ ਨਾ ਦਾਹੀ ਦਾਹੀ ਚਲੋ ਯਾਰ ਲਾਓ ਗੱਲ ਇੱਕ ਮਿੰਟ ਬਾਜਾ ਜਾਂਦਾ ਲਓ ਜੀ ਆਪਾਂ ਪਹੁੰਚ ਗਏ ਜੀ ਮਾਛੀਵਾੜਾ ਸਾਹਿਬ ਅਤੇ ਰਾਤ ਦੀ ਸਟੇਅ ਵੀ ਆਪਣੀ ਇੱਥੇ ਹੀ ਆ ਅਤੇ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਰਾਤ ਆਪਾਂ ਨੂੰ ਕਾਫੀ ਟਾਈਮ ਹੋ ਗਿਆ ਸੀ ਇੱਥੇ ਮਾਛੀਵਾੜਾ ਸਾਹਿਬ ਵੀ ਆ ਕੇ ਇਸ ਕਰਕੇ ਆਪਾਂ ਰਾਤ ਨਹੀਂ ਦਰਸ਼ਨ ਮੇਲੇ ਕੀਤੇ ਅਤੇ ਹੁਣ ਕਰਾਵਾਂਗੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਅਤੇ ਆਓ ਕਰਦੇ ਹਾਂ ਜੀ ਦਰਸ਼ਨ ਗੁਰਦੁਆਰਾ ਮਾਛੀਵਾੜਾ ਸਾਹਿਬ ਦੇ ਵਾਹਿਗੁਰੂ ਜੀ ਦਰਸ਼ਨ ਕਰੋ ਜੀ ਚੰਡ ਸਾਹਿਬ ਦੇ ਗੁਰੂ ਸਾਹਿਬ ਦੀ ਚਮਕੌਰ ਦੀ ਗੜੀ 'ਚ ਹੁੰਦੇ ਹੋਏ ਖੂਹ ਤੋਂ ਜਲ ਛਕਣ ਤੋਂ ਬਾਅਦ ਇਸ ਚੰਡ ਥੱਲੇ ਆ ਕੇ ਆਰਾਮ ਕੀਤਾ ਸੀ ਅਤੇ ਇਹ ਉਹੀ ਚੰਡ ਆ ਜੀ ਜਿੱਥੇ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਿਆ ਸੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਕਿੱਥੇ ਆਉਣਾ ਚਮਕੌਰ ਸਾਹਿਬ ਨਹੀਂ ਨਹੀਂ ਲੰਗਰ 'ਤੇ ਵੀ ਟੱਕਾਂਗੇ ਅਤੇ ਹੁਣ ਆਪਾਂ ਚੱਲੇ ਵੀ ਚਮਕੌਰ ਸਾਹਿਬ ਹੈ ਨਾ ਮਾਛੀਵਾੜੇ ਨੂੰ ਬਾਏ ਬਾਏ ਸੋਰੀ ਮਾਛੀਵਾੜਾ ਸਾਹਿਬ ਨੂੰ ਬਾਏ ਬਾਏ ਚੜ੍ਹਦੇ ਕਰ ਸ਼੍ਰੀ ਅਕਾਲ ਮਰ ਕੇ ਜੇ ਓਏ ਉਹ ਕੀ ਤਰ੍ਹਾਂ ਨਾ ਵੱਡੇ ਢਿੱਡ ਵਾਲਾ ਚਾਹ ਦਾ ਮੁੱਲ ਮੋੜਦੇ ਕਿੱਥੇ ਬੈਠਾ ਜਿੱਡਾ ਤੇਰਾ ਟਿਕਟ ਹੈ ਤੇਰੇ ਤੋਂ ਉਮੀਦ ਨਹੀਂ ਮੈਨੂੰ ਲਓ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਚਮਕੌਰ ਸਾਹਿਬ ਦੇ ਆਪ ਦਾ ਇੱਕ ਪਰਵਾਰ
ਓਏ ਉਹ ਕੋਈ ਲੰਗਰ ਛੱਡ ਵੀ ਦੋ ਯਾਰ ਜਾ ਮੈਂ ਆਪਣਾ ਬਾਅਦ ਚ ਨਹੀਂ ਫੜ ਗਿਆ ਨਾ ਨਹੀਂ ਫੜ ਗਿਆ ਹੁੰਦਾ ਇੱਥੇ ਕਿਸੇ ਫਿਲਮੀ ਐਕਟਰ ਦੇ ਫੋਟੋ ਸ਼ੂਟ ਚੱਲਦਾ ਆ ਕਰ ਲਿਆ ਫੋਟੋ ਸ਼ੂਟ ਹੈ ਕਰ ਲਿਆ ਫੋਟੋ ਸ਼ੂਟ ਹਾਂ ਹਾਂ ਪੂਰਾ ਹੋ ਗਿਆ ਓਕੇ ਆ ਓਕੇ ਰਿਪੋਰਟਾਂ ਓਕੇ ਹੋ ਗਈ ਰਿਪੋਰਟਾਂ ਪੂਰੀਆਂ ਕੈਮ ਕੈਮ ਬਹੁਤ ਵਧੀਆ
ਕਰਦਾ ਫਿਰ ਕਿਵੇਂ ਬੈਠਾ ਨੀ ਲਾਇਆ ਉਹਦਾ ਹਾਸਾ ਨਿਕਲ ਗਿਆ ਤੇ ਰੁਕਣਾ ਨੀ ਅੱਛਾ ਕੀ ਹੋਇਆ ਸੁਖੇ ਦੇ ਚੱਕਰਾਂ ਦਾ ਮਾਰਾ ਕੀ ਹੋ ਗਿਆ ਪੀ ਕੇ ਚੰਡੀਗੜ੍ਹ ਜਾਈਏ ਕੰਨ ਖੋਲ ਲੈਂਦੇ ਇੱਕ ਮਿੰਟ ਹਾਂ ਖੋਲ ਲਿਆ ਗੱਲ ਸੁਣਨਾ ਮੇਰੀ ਸੀਰੀਅਸਲੀ ਜਿਹੜੀ ਗੱਲ ਸਿੱਧੀ ਆ ਸਿੱਧੀ ਆ ਬੋਲ ਇਹ ਵੀਡੀਓ YouTube ਤੇ ਬਣੀ ਇਹ ਪੈਣੀ ਆ YouTube ਤੇ ਇਹ YouTube ਤੇ ਪੈਣੀ ਹੋਰ ਫਿਰ ਤੁਸੀਂ ਕਿੱਦਣ ਆਏ ਜੀ ਅਸੀਂ ਬਸ ਹੁਣੇ ਜਸਟ ਹੱਸਣ ਦਿਆਂ ਕੁਛ ਮੈਂ ਨਹੀਂ ਖਾਦਾ ਕੁਛ ਨਹੀਂ ਖਾਦਾ ਹੋਰ ਫਿਰ ਕੌਣ ਗਾਣਾ ਜੀ ਮੁੰਡੇ ਉਹ ਤੇ ਮਾਜੇ ਦੇ ਨਾਲ ਚੱਲ ਤੂੰ ਗਾਣਾ ਸੁਣਾ ਦੇ ਇੱਕ ਮਿੰਟ ਧੁੱਪ ਜੀ ਹੋ ਇੱਕ ਮਿੰਟ ਅਸੀਂ ਮੜਾ ਮੂੰਹ ਬਣਾਈ ਇੱਕ ਵੀਰੇ ਸਲਾਹ ਮੈਂ ਦੇਣਾ ਚਾਹੁੰਦਾ ਜਿਹੜੇ ਆ ਆਨੰਦਪੁਰ ਸਾਹਿਬ ਆਏ ਹੁਣ ਕਈ ਬੰਦਿਆਂ ਨੇ ਸੁੱਖਾ ਪੀਤਾ ਕਈ ਜਿਹੜੇ ਪੈ ਜੋ ਅੱਧਾ ਹੀ ਆ ਪੀਤੀਆਂ ਉਹ ਪੀਣੀਆਂ ਚਾਹੀਦੀਆਂ ਨਹੀਂ ਪੀਣੀਆਂ ਚਾਹੀਦੀਆਂ ਨਾ ਫਿਰ ਤੂੰ ਯਾਰ ਤੁਸੀਂ ਸੇਵਾ ਕਰਨ ਆਏ ਤੁਸੀਂ ਟਰਾਲੀਆਂ ਬੈਠੇ ਦੰਦ ਕੱਢੀ ਜਾਂਦੇ ਬਾਹਰ ਤੁਸੀਂ ਆਹ ਵੇਲੋ ਬੰਦਾ ਕਿੱਡਾ ਖਤਮ ਬੰਦਾ ਸਰੀਰ ਜੀ ਦਾ ਵੇਲੋ ਮੇਰੇ ਤੋਂ ਤੀਜਾ ਹਿੱਸਾ ਤੀਜਾ ਹਿੱਸਾ ਮੈਂ ਆ ਗਏ ਨਾਲ ਮੇਰੇ ਹੁਣ ਇਹਨੂੰ ਕੋਈ ਵੇਖ ਕੇ ਮੈਨੂੰ ਆਖੂਗਾ ਵੀ ਬੰਦਾ ਇਹ ਹੁਣ ਲੱਗਦਾ ਬੈਠਣ ਵਾਲਾ ਹੈਗਾ ਮੇਰੇ ਨਾਲ ਤੂੰ ਪੀਤਾ ਕੀ ਆ ਮੈਂ ਰੋ ਪੀ ਬੈਠੀ ਨਾ ਨਾ ਰੋ ਤਾਂ ਪਹਿਲਾਂ ਕੀ ਪੀਤਾ ਕੌਣ ਪੀਣਾ ਸੁੱਕਾ ਪੀ ਕੇ ਤੰਦਰ ਤੋਂ ਰੋ ਪੀ ਆਇਆ ਮੈਂ ਰੋ ਪੀਤੀ ਆ ਸਿੱਧੀ ਗੱਲ ਆ ਰੋ ਪੀਤੀ ਆ ਇੱਕ ਠੋਕ ਕੇ ਕਹੀ ਦੇ ਸੀ ਰੋ ਪੀ ਲਿਆ ਉਹ ਜੇ ਪਿੜਿਆ ਇਹ ਪੈ ਗਈ ਨਾ ਮੈਂ ਤੇ ਪਾਉਂਗਾ ਵੀਡੀਓ ਵੇ ਕਿਦਾਂ ਕੀ ਪੀਤਾ ਨੇ ਜੇ ਤਾਂ ਇਹਨੇ 5-7 ਬਾਟੇ ਰੋ ਦੇ ਪੀਤੇ ਰੋ ਦੇ ਉਦੋਂ ਪਹਿਲਾਂ ਕੀ ਪੀਤਾ ਓਏ ਜੜੀ ਵੀ ਨਹੀਂ ਨਹੀਂ ਉਦੋਂ ਪਹਿਲਾਂ ਕੀ ਉਦੋਂ ਪਹਿਲਾਂ ਕੀ ਉਦੋਂ ਪਹਿਲਾਂ ਸੁੱਖੇ ਦੀ ਟਿੱਕੀ ਕੇ ਨਾ ਨਾ ਉਹ ਤਾਂ ਮਿਲਦੀ ਨਹੀਂ ਇੱਥੋਂ ਲੱਭ ਲਈ ਲਓ ਜੀ ਵੀਰੋ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਜੀ ਸ਼੍ਰੀ ਅਨੰਦਪੁਰ ਸਾਹਿਬ ਅਤੇ ਕੱਲ੍ਹ ਵਾਂਗੂ ਵੀ ਮਾਛੀਵਾੜੇ ਵੀ ਜਿਵੇਂ ਆਪਾਂ ਹਨੇਰੇ ਪਹੁੰਚੇ ਸੀ ਅਤੇ ਇੱਥੇ ਵੀ ਆਪਾਂ ਨੂੰ ਕਾਫੀ ਟਾਈਮ ਲੱਗ ਗਿਆ ਵੀ ਚਮਕੌਰ ਸਾਹਿਬ ਤੋਂ ਹੋ ਕੇ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਤੋਂ ਅਤੇ ਉਸ ਤੋਂ ਬਾਅਦ ਹੁਣ ਰਾਤ ਦੇ ਵੇਲੇ ਆਪਾਂ ਅਨੰਦਪੁਰ ਸਾਹਿਬ ਪਹੁੰਚੇ ਹਾਂ ਅਤੇ ਤੁਹਾਨੂੰ ਕਰਾਵਾਂਗੇ ਕਿਵੇਂ ਮੁੰਡੇ ਰੈਡੀ ਹੈ ਮੱਥਾ ਟੇਕਣ ਨੂੰ ਓਏ ਹਾਂਜੀ ਹਾਂਜੀ ਚਲੋ ਫਿਰ ਆਪਾਂ ਚਲੀਏ ਮੱਥਾ ਟੇਕਣਾ ਨਾ Thank you.
ਇਹਨੂੰ ਕਹਿੰਦੇ ਜੀ 27 ਪੁਲਿਸ ਦਾ ਪੂਰਾ ਨਾਕਾ ਪੂਰਾ ਕੈਮ ਲੱਗਾ ਹੋਇਆ ਹਨਾ ਪੂਰੀ ਸਕਾਈ ਲੋਕਾਂ ਦਾ ਪੂਰਾ ਇਕੱਠ ਹੋਇਆ ਵੇਖ ਹਾਂ ਵੇਖ ਲਾ ਜਨੀ ਸਾਰਾ ਪੰਜਾਬ ਇੱਥੇ ਆਇਆ ਹੋਇਆ ਅੱਜ ਮੇਲੇ ਚ ਨਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਭਜਾਉਂਦੇ ਕਾਰ ਸੇਵਾ ਵਾਲੀ ਗੱਡੀ ਆਉਂਦੀ ਹੈ ਕਾਰ ਸੇਵਾ ਵਾਲੀ ਵਾਲੇ ਤੇਰੀ ਅੰਮ੍ਰਿਤਸਰ ਇਹ ਵੀ ਬਾਬੇ ਬਹੁਤ ਕੈਮਾ ਬੜਾ ਸਿਰਾ ਲਾਉਂਦਾ ਸਰਾ ਇਹਨਾਂ ਦੀ ਬਣਾਈ ਦੇਖੀ ਉਹ ਟੀ ਸ਼ਰਟ ਵੀ ਸਿੰਘ ਚੂਰਮੇ ਕਿਤੇ ਹਾਂ ਇਹ ਮੇਰਾ ਕੈਮਰਾ ਕਰ ਲੈਂਦੇ ਬੈਕ ਕੈਮਰਾ ਆਹ ਨਵੀਂ ਆਈਟਮ ਆ ਨਾ ਫਾਇਰ ਬ੍ਰਿਗੇਡ ਵਾਲਿਆਂ ਦੇ ਮੋਟਰਸਾਈਕਲ ਨਹੀਂ ਨਹੀਂ ਹੁਣ ਆਪਾਂ ਕਿੱਥੇ ਚੱਲਿਆ ਵਿਰਾਸਤ ਦੇ ਖਾਲਸਾ ਦੇਖਣ ਆ ਗੌਰ ਸੇ ਵੇਖੋ ਇਹਨਾਂ ਆਦਮੀਓ ਕੋ ਕਿਤਨਾ ਹੀ ਦੇਰ ਸੇ ਲਗੇ ਹੋਏ ਵਿਚਾਰੇ ਉਧਰ ਵੀ ਲੈਣੇ ਇਨਕੇ ਮਨ ਮੇ ਖੁਸ਼ੀ ਕੀ ਲਹਿਰ ਹੈ ਉਹ ਖੁਸ਼ੀ ਕੀ ਲਹਿਰ ਹੈ ਨਾ ਜਦੋਂ ਤੂੰ ਆਉਂਦਾ ਇਦਾਂ ਦੇ ਤੈਨੂੰ ਰਹਿੰਦੇ ਆ ਖਣਾ ਖੁਸ਼ੀ ਦੀ ਲਹਿਰ ਕੀ ਮੇਲੇ ਨੂੰ ਲੈ ਕੇ ਪੰਜਾਬੀਆਂ ਵਿੱਚ ਖੁਸ਼ੀ ਦੀ ਲਹਿਰ ਖੁਸ਼ੀ ਦੀ ਲਹਿਰ ਫੇਰ ਆ ਗਏ ਖੁਸ਼ੀ ਬਾੜੀ ਜਾਂਦੀ ਹੈ ਨਾ ਪੰਜਾਬੀ ਝੂਲਦੇ ਹੋਏ ਆ ਕਰੋਨਾ ਵਾਇਰਸ ਤੋਂ ਵੀ ਡਰਦੇ ਗਈ ਉਹ ਸੁੱਖੇ ਗੱਪੀ ਦੇ ਕੀਤੇ ਕੰਮ ਕਿਹੜੇ ਆਹ ਬਲੇ ਆਹ ਬਖਾਣਾ ਇਹ ਤੇ ਆਹ ਬਲੇ ਮੀਤ ਤੈਨੂੰ ਲੱਗਦਾ ਕਿੰਨੇ ਘੰਟੇ ਚ ਆਪਾਂ ਪਹੁੰਚਾਂਗੇ ਵਿਰਾਸਤ ਖਾਲਸਾ ਜਿਹੜਾ ਸਾਨੂੰ ਬੁਰਾ ਹਾਲਾ ਲੈਣਾ ਲੱਗਿਆ ਸਰਕਾਰ ਕਿਹਦੀ ਆ ਬਾਦਲ ਬਹੁਤ ਗੱਪ ਮਾਰਦਾ ਵੇਖੋ ਕਿਹੜੇ ਗੱਪ ਮਾਰਨਾ ਬਿਲਡਿੰਗਾਂ ਲਾ ਦੇਣੀਆਂ ਸੁੱਖੀ ਗੱਪੀ ਦੇ ਕੰਮ ਬਿਲਡਿੰਗਾਂ ਵਿਖਾਉਣਾ ਪੁੱਤ ਬਿਲਡਿੰਗਾਂ ਦਿਖ ਨੀ ਰਹੀਆਂ ਅੱਗੇ ਸੂਰ ਜਾ ਰਿਹਾ ਉਧਰ ਕੈਮਰਾ ਦੂਜਾ ਕਰੋ ਨਾ ਇਨਕਲਾਬ ਜਿੰਦਾਬਾਦ ਮੀਤ ਨਵੇਂ ਕਹਿੰਦਾ ਕਹਿੰਦਾ ਕੈਪਟਨ ਸਾਹਿਬ ਬਾਦਲ ਸਾਹਿਬ ਨੇ ਕਹਿੰਦਾ ਮਾੜੀ ਗੱਲ ਆ ਕਹਿੰਦਾ ਕਹਿੰਦੇ ਇਹ ਨੀ ਪਤਾ ਸਾਡੀ ਸਰਕਾਰ ਕਿਹਦੀ ਆ ਆਹ ਦੇਖ ਲਓ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਹਨੂੰ ਇਹ ਨੀ ਪਤਾ ਵੀ ਸਾਡੀ ਸਰਕਾਰ ਕਿਹਦੀ ਕਿਹਦੀ ਸਰਕਾਰ ਆ ਸਰਕਾਰ ਹੁਣੇ ਵਕਤ ਕਿਸੇ ਦੀ ਨੀ ਚੱਲਦੀ ਆਹ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਹਿੰਦਾ ਇਹਨੂੰ ਪੰਜਾਬ ਨਿਕਾਲਾ ਦਿੱਤਾ ਜਾਵੇ ਨਹੀਂ ਪੰਜਾਬ ਨਿਕਾਲਾ ਆਹੋ ਉਹ ਵੇਖੋ ਓਏ ਓਏ ਕਰੋਨਾ ਵਾਇਰਸ ਤੋਂ ਡਰੇ ਬਹੁਤ ਦੇਖੋ ਕਿੱਡੀ ਇਮਾਨਦਾਰ ਨੇ ਡਿਊਟੀ ਕਰਦੇ ਆ ਪੰਜਾਬ ਦੇ ਸਭ ਕਿਹਦੇ ਫੋਨ ਚੱਲੇ ਮੇਰੇ ਫੋਨ ਚੱਲੂਗਾ 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 ਚਲਾਵਾਂਗੇ ਆਪਾਂ ਕੋਈ ਨਾ ਬਾਈ ਕਹਿੰਦਾ ਅੱਗੇ ਫੋਨ ਨਹੀਂ ਚੱਲਣ ਦਿੰਦੇ ਮੈਂ ਕਿਹਾ ਸਾਰਾ ਕੁਝ ਚਲਾਵਾਂਗੇ ਜੱਟ ਨਹੀਂ ਧੱਕਾ ਕਰਦੇ ਨੇ ਵਾਹ ਕੀ ਹਸੀਨ ਵਾਦੀਆਂ ਫੜੋ ਉਹ ਇਹ ਕੰਮ ਕੋਈ ਚਾਹੀਦਾ ਕਰਕੇ ਗਿਆ ਬਾਤ ਆਹ ਕੰਮ ਕਰਕੇ ਗਿਆ ਚਾਹੀਦਾ ਆ ਦੇ ਲੇਡੀਜ਼ ਲੈਣਾ ਜੇ ਨਿਕਲ ਕੇ ਆਏ ਪਹਿਲਾਂ ਜੈਂਡਰ ਪਛਾਣ ਲਿਆ ਸਾਰੇ ਖਿੱਚ ਲੋ ਯਾਰ ਸਾਹਮਣੇ ਸਭ ਤੋਂ ਚਿੱਲੀ ਚੋਟ ਆ ਚਲ ਆਪਾਂ ਹੁਣ ਵਿਰਾਸਤ ਖਾਲਸਾ ਦੇਖਦੇ ਹਾਂ ਤੇ ਰਾਤ ਨੂੰ ਦੇਖ ਲਾਈਟਿੰਗ ਸੱਚੇ ਗੁਰਾਂ ਦੇ ਨਾਮ ਤੇ ਉਹਦੇ
ਸਿੱਖੋ ਅੱਜ ਇਸ ਧਰਤੀ ਨੂੰ ਤੁਹਾਡੇ ਲਹੂ ਦੀ ਲੋੜ ਹੈ। ਪੁਰਾਣੀਆਂ ਚੀਜ਼ਾਂ ਸਾਰੀਆਂ ਸਿੰਘਾ ਜਾਗ ਮਹੀ ਹੁਣ ਜਾਗੋ ਟਰਾਲੇ ਵਾਸਤੇ ਕਰਦੇ ਟਰਾਲੇ ਵਿਖਾ ਟਰਾਲੇ ਉਹ ਸਾਰੇ ਟਰਾਲੇ ਵਾਪਸੀ ਤੇ ਜਾ ਰਹੇ ਆ ਹੁਣ ਤੇ
ਆਪਾਂ ਵੀ ਚੱਲੇ ਹਾਂ ਜੀ ਹੁਣ ਵਾਪਸੀ ਆਈ ਪਿੰਡ ਦੀ ਠੀਕ ਹੈ ਜੀ ਵੀਡੀਓ ਲੱਗੇ ਚੰਗੀ ਲੱਗੇ ਤਾਂ ਲਾਈਕ ਅਤੇ ਕਮੈਂਟ ਕਰ ਦਿਓ ਚੈਨਲ ਨੂੰ ਨਾਲ ਤੁਸੀਂ ਆਨੰਦਪੁਰ ਸਾਹਿਬ ਆਏ ਜਾਂ ਨਹੀਂ ਸਾਨੂੰ ਇਹ ਕਮੈਂਟ ਬਾਕਸ 'ਚ ਦੱਸਿਓ ਜੇ ਆਏ ਸੀ ਅਤੇ ਕਦੋਂ ਆਏ ਸੀ ਠੀਕ ਹੈ ਜੀ ਕੀ ਇੰਜੋਏ ਕੀਤਾ ਕੀ ਲੰਗਰ ਵਧੀਆ ਲੰਗਰ ਇੰਜੋਏ ਕੀਤਾ ਤੁਸੀਂ ਦਰਸ਼ਨ ਮੇਲੇ ਕੀਤੇ ਤੁਹਾਨੂੰ ਕੀ ਵਧੀਆ ਲੱਗਾ ਤੇ ਕੀ ਪ੍ਰਸ਼ਾਸਨ ਦੀਆਂ ਖਾਮੀਆਂ ਸੀ ਇਹ ਵੀ ਤੁਸੀਂ ਸਾਨੂੰ ਕਮੈਂਟ ਬਾਕਸ 'ਚ ਦੱਸ ਸਕਦੇ ਜੀ ਹੈ ਨਾ ਜੀ